देखिए, पंजाब में आम आदमी पार्टी को अरविंद केजरीवाल जी, भगवंत मान जी को लोग बहुत प्यार सत्कार आशीर्वाद दे रहे हैं, और पंजाब जैसे 2022 के चुनाव में एक ऐतिहासिक मैंडेट आया था, इस लोकसभा में भी पंजाब के लोग आम आदमी पार्टी को ऐतिहासिक मैंडेट देने जा रहे हैं। ਤੁਹਾਡੇ ਸਾਹਮਣੇ ਹੈ ਜੀ, ਦੂਜੀਆਂ ਪਾਰਟੀਆਂ ਨੂੰ ਕਿਵੇਂ ਲੋਕਾਂ ਨੂੰ ਬੁਲਾਉਣ ਦੇ ਲਈ ਉਹ ਮਹਿੰਗੇ ਮਹਿੰਗੇ ਖਾਣੇ ਰੱਖਦੇ ਨੇ, ਮਹਿੰਗੀਆਂ ਮਹਿੰਗੀਆਂ ਮੀਟਿੰਗਾਂ ਕਰਦੇ ਨੇ, ਪਰ ਇੱਥੇ ਸਾਨੂੰ ਸਾਰੇ ਆਮ ਆਦਮੀ ਖੜੇ ਦਿਖਦੇ ਆ। ਇਹ ਆਮ ਆਦਮੀ ਦਾ ਸ਼ੋਅ ਨਹੀਂ ਹੈ, ਆਮ ਆਦਮੀ ਦੀ ਤਾਕਤ ਹੈ। ਆਮ ਆਦਮੀ ਦੀ ਤਾਕਤ ਹੈ ਕਿ ਅਸੀਂ ਪੰਜਾਬ ਦੀ ਲੁੱਟ ਖਸੁੱਟ ਕਰਨ ਵਾਲਿਆਂ ਨੂੰ ਪੰਜਾਬ ਦੀ ਸੱਤਾ ਦੇ ਨੇੜੇ ਨਹੀਂ ਆਉਣ ਦੇਣਾ। ਅਸੀਂ ਆਮ ਲੋਕਾਂ ਦਾ ਰਾਜ ਪੰਜਾਬ ਦੇ ਵਿੱਚ ਰੱਖਣਾ ਹੈ। ਭਗਵੰਤ ਸਿੰਘ ਮਾਨ ਜੀ ਦਾ ਰਾਜ, ਆਮ ਆਦਮੀ ਪਾਰਟੀ ਦਾ, ਅਰਵਿੰਦ ਕੇਜਰੀਵਾਲ ਜੀ ਦੀ ਪਾਰਟੀ ਦਾ ਰਾਜ ਪੰਜਾਬ ਦੇ ਵਿੱਚ ਰੱਖਣਾ ਹੈ, ਜਿੱਥੇ ਜ਼ੀਰੋ ਬਿਜਲੀ ਦੇ ਬਿੱਲ ਮਿਲਣ, ਜਿੱਥੇ ਦਵਾਈਆਂ ਮੁਫ਼ਤ ਮਿਲੇ, ਇਲਾਜ ਮੁਫ਼ਤ ਮਿਲੇ, ਚੰਗੇ ਸਕੂਲ ਕਾਲਜ ਬਣਨ, ਜਿੱਥੇ ਜਿਹੜੀਆਂ ਇਮਾਰਤਾਂ ਰੋਪੜ ਦੇ ਵਿੱਚ ਖੰਡਰ ਬਣਾਈਆਂ ਹੋਈਆਂ ਸੀਗੀਆਂ ਉਹ ਮੁੜ ਕੇ ਜਿਵੇਂ ਹੁਣ ਖੜੀਆਂ ਹੋਈਆਂ ਨੇ, ਇੱਦਾਂ ਹੀ ਰੋਪੜ ਦਾ ਵਿਕਾਸ ਹੋਵੇ। ਇਸ ਕਰਕੇ ਇਹ ਆਮ ਆਦਮੀ ਸਤਰਕ ਹੈ ਕਿ ਅਸੀਂ ਜਿਹੜੇ ਅੱਜ ਨੋਟ ਚੱਕੀ ਫਿਰਦੇ ਆ, ਜਿਹੜੇ ਅੱਜ ਫਲੈਕਸਾਂ ਦੇ ਨਾਲ ਇਲੈਕਸ਼ਨ ਜਿੱਤਣ ਨੂੰ ਫਿਰਦੇ ਆ, ਜਿਹੜੇ ਅੱਜ ਮਹਿੰਗੇ ਮਹਿੰਗੇ ਖਾਣੇ ਦਾਰੂਆਂ ਬਣਾ ਕੇ ਇਲੈਕਸ਼ਨ ਜਿੱਤਣ ਨੂੰ ਫਿਰਦੇ ਆ, ਇਹ ਲੋਕ ਅੱਜ ਸਤਰਕ ਨੇ ਕਿ ਅਸੀਂ ਉਹਨਾਂ ਨੂੰ ਸੱਤਾ ਦੇ ਨੇੜੇ ਨਹੀਂ ਜਾਣ ਦੇਣਾ। ਭਗਵੰਤ ਸਿੰਘ ਮਾਨ ਜੀ ਨੂੰ 13 ਸੀਟਾਂ ਜਿਤਾਣੀਆਂ ਨੇ। ਚੜ੍ਹਾਈ ਕਿੱਦਾਂ ਦੇਖਦੇ ਪਏ ਸਾਰੇ ਸਿਨੈਰੀਓ ਨੂੰ? ਤੁਸੀਂ ਕਿਹਾ ਵੀ ਬਾਹਰੀ ਉਮੀਦਵਾਰ ਨਹੀਂ ਹੈਗਾ ਇੱਥੇ, ਲੋਕਲ ਉਮੀਦਵਾਰ ਆ, ਲੇਕਿਨ ਇਹ ਜਿਹੜੇ ਬਿਆਨ ਆ ਉਹ ਬੜੇ ਇਸ ਵਕਤ ਚੱਲ ਰਹੇ ਨੇ, ਕੀ ਫਰਕ ਪਏਗਾ ਇਸ ਚੀਜ਼ ਨੂੰ ਲੈ ਕੇ? ਕਿਉਂਕਿ ਤੁਸੀਂ ਕਹਿ ਰਹੇ ਮਾਲਵਿੰਦਰ ਸਿੰਘ ਲੋਕਲ ਨੇ ਇੱਥੇ, ਜਿਹੜੇ ਬਾਕੀ ਆਏ ਨੇ ਭਾਵੇਂ ਵੀਰੇਂਦਰ ਸਿੰਘ ਸੰਗਰੂਰ ਤੋਂ ਆਏ ਹੋਣ ਜਾਂ ਸੁਭਾਸ਼ ਸ਼ਰਮਾ ਜੀ ਹੋਣ, ਉਹ ਬਾਹਰੋਂ ਆਏ ਹੋਏ ਨੇ, ਕੀ ਲੱਗਦਾ ਵੀ ਇਸ ਚੀਜ਼ ਦਾ ਫਰਕ ਪਏਗਾ? ਕਿਉਂਕਿ ਅਮੂਮਨ ਪਹਿਲਾਂ ਬਾਹਰੋਂ ਹੀ ਜ਼ਿਆਦਾ ਆਉਂਦੇ ਸੀਗੇ ਲੋਕੀ, ਤੇ ਕਨੈਕਟੀਵਿਟੀ ਦੇ ਵਿੱਚ ਕਈ ਤਰ੍ਹਾਂ ਕਿਤੇ ਉਹਨਾਂ ਨੂੰ ਦਿੱਕਤ ਜ਼ਰੂਰ ਮਹਿਸੂਸ ਹੋਈ। ਦੇਖੋ ਜੀ, ਸਮਾਂ ਬਦਲ ਗਿਆ। ਜਿਸ ਸਮੇਂ ਤੁਸੀਂ ਗੱਲ ਕਰਦੇ ਸੀਗੇ ਉਸ ਸਮੇਂ ਦਾ ਨਿਊਜ਼ 18 ਦੇ ਪੱਤਰਕਾਰ ਵੀ ਇੱਥੇ ਬਾਹਰੋਂ ਆਉਂਦੇ ਸੀਗੇ, ਲੋਕਲ ਕੋਈ ਨਹੀਂ ਹੁੰਦਾ ਦਾ, ਪਰ ਹੁਣ ਲੋਕਲ ਜਿਹੜੇ ਸਾਡੇ ਨੌਜਵਾਨ ਹੈ ਉਹ ਪੜ੍ਹ ਲੱਗੇ, ਉਹ ਤੁਸੀਂ ਵੀ ਇੱਥੋਂ ਨਿਊਜ਼ 18 ਦੇ ਲੋਕਲ ਪੱਤਰਕਾਰ ਬਣ ਗਏ, ਤੇ ਇੱਥੋਂ ਹੁਣ MP ਨਾਲੇ MLA ਵੀ ਲੋਕਲ ਬਣਦੇ ਰਹਿਣਗੇ। ਅੱਛਾ, ਕਿਹੜੇ ਅਜਿਹੇ ਮੁੱਦੇ ਹੋਣਗੇ? ਤੁਸੀਂ ਕਿਹਾ 45 ਅਜਿਹੇ ਮੇਜਰ ਕੰਮ ਨੇ ਜਿਹੜੇ ਤੁਸੀਂ ਆਪਣੇ ਟੈਨਿਓਰ ਦੇ ਦੌਰਾਨ, ਜਿਹੜਾ 2.5 ਸਾਲ ਦਾ ਹੋਇਆ ਉਹਦੇ ਦੌਰਾਨ ਤੁਸੀਂ ਕੀਤੇ ਆ, ਕਿਹੜੇ ਮੇਜਰ ਅਜਿਹੇ ਕੰਮ ਹੋਣਗੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਹੋ ਸਕਦੇ ਨੇ, ਜਿਹੜੇ ਤੁਹਾਡਾ ਡ੍ਰੀਮ, ਕੋਈ ਡ੍ਰੀਮ ਪ੍ਰੋਜੈਕਟ ਵੀ ਹੋਣਗੇ ਇਸ ਹਲਕੇ ਨੂੰ ਲੈ ਕੇ? ਖਾਸ ਤੌਰ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡਾ ਰੋਪੜ ਜਿਹੜਾ ਮਨਾਲੀ ਰੋਡ ਤੇ ਪੈਂਦਾ, ਇਹਦੇ ਲਈ ਟੂਰਿਜ਼ਮ ਦੇ ਜੋ ਬਣਦੇ ਪ੍ਰੋਜੈਕਟ ਹੈ ਅੱਜ ਤੱਕ ਕੇਂਦਰ ਨੇ ਨਹੀਂ ਦਿੱਤੇ, ਸੋ ਕਾਂਗਰਸ ਸਾਹਿਬ ਉੱਥੇ ਲੜਾਈ ਲੜਨਗੇ। ਸਾਡੇ ਪੰਜਾਬ ਦੀਆਂ ਸੜਕਾਂ ਦੀ ਮੁਰੰਮਤ ਦੇ ਪੈ ਕੇਂਦਰ ਦੱਬ ਗਿਆ, ਇਸ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਕੀ ਹੋ ਸਕਦੀ ਹੈ? ਉਹਦੀ ਲੜਾਈ ਲੜੀ ਜਾਏਗੀ। ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਜਿਹਨਾਂ ਮਹੱਲਾ ਕਲਿੰਕ ਬਣਨੇ ਸੀਗੇ ਉਹ ਕੇਂਦਰ ਦੱਬ ਗਿਆ। ਪੰਜਾਬ ਦੇ ਕਿਸਾਨਾਂ ਨਾਲ ਜੋ ਜੋ ਕੇਂਦਰ ਨੇ ਕੀਤੀ ਹੈ ਉਹ ਕਿਸ ਤੋਂ ਲੁਕੀ ਛਿਪੀ ਨਹੀਂ ਹੈ। ਸੋ ਇਹ ਸਾਰੀਆਂ ਲੜਾਈਆਂ ਜਿਹੜੀਆਂ ਪੰਜਾਬ ਦੇ ਹੱਕਾਂ ਦੀਆਂ ਹੈ ਉਸ ਆਮ ਆਦਮੀ ਪਾਰਟੀ ਦੇ 13 MP ਲੋਕ ਸਭਾ ਜਾ ਕੇ ਲੜਦੇ। ਸਰ, ਆਖਰੀ ਸਵਾਲ ਹੈ, 400 ਪਾਰ ਦਾ ਨਾਰਾ ਕੇਂਦਰ ਵੱਲੋਂ ਦਿੱਤਾ ਜਾ ਰਿਹਾ ਹੈ, ਸਮੀਕਰਨ ਤੁਹਾਨੂੰ ਲੱਗਦਾ ਵੀ ਬਦਲਦੇ ਹੋਏ ਦਿਖਾਈ ਦੇ ਰਿਹਾ ਕਿਉਂਕਿ ਹੁਣ ਆਖਰੀ ਪੜਾਅ ਜਿਹੜਾ ਹੈ ਕੁਝ ਦਿਨ ਹੀ ਰਹਿ ਚੁੱਕੇ ਨੇ, 2 ਦਿਨ ਦਾ ਚੋਣ ਪ੍ਰਚਾਰ ਰਹਿ ਜਾਏਗਾ, ਕਿੱਦਾਂ ਦੇਖਦੇ ਪਏ ਜਿਹੜਾ ਨਾਰਾ ਦਿੱਤਾ ਗਿਆ ਸੀ 400 ਪਾਰ ਦਾ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਨਾਰਾ ਦਿੱਤਾ ਗਿਆ 13-0 ਦਾ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, 2 ਤਰ੍ਹਾਂ ਦੇ ਨਾਰੇ ਹੁੰਦੇ ਆ। ਇੱਕ ਤਾਂ ਜਿਹੜੇ ਬੜੇ ਬੜੇ ਸਟ੍ਰੈਟਜਿਸਟ ਹੈ ਉਹਨਾਂ ਦੇ ਕੋਲੋਂ ਕਰੋੜਾਂ ਰੁਪਏ ਦੇ ਕੇ ਡਿਜ਼ਾਈਨ ਕਰਾਏ ਜਾਂਦੇ ਜਿਵੇਂ 400 ਪਾਰ ਦਾ ਨਾਰਾ ਹੈ, ਇੱਕ ਜਿਹੜਾ ਆਮ ਲੋਕਾਂ ਦੇ ਅੰਦਰੋਂ ਨਿਕਲਦਾ, ਦਿਲੋਂ ਨਿਕਲਦਾ। ਐਤਕੀ ਆਮ ਲੋਕ ਦਿਲੋਂ ਬੋਲ ਰਿਹਾ ਵੀ ਯਾਰ ਕਿਸੇ ਜੁਮਲੇ ਜਮਲੇ ਨੂੰ ਵੋਟ ਨਹੀਂ ਪਾਣੀ, ਐਤਕੀ ਭਗਵੰਤ ਮਾਨ ਦੇ ਕੰਮਾਂ ਨੂੰ ਵੋਟ ਪਾਣੀ।